ਅਸੀਂ ਵੀ ਬਣਾਉਂਦੇ ਹਾਂ ਕੋਫਤੇ ਕੀ ਆ, ਛਿੱਲ ਲਿਆ ਇਹਨੂੰ, ਕੱਦੂਕਸ ਕਰ ਲਓ। ਕੱਦੂਕਸ ਹੋ ਗਿਆ ਨਾ, ਸਾਰਿਆਂ ਤੋਂ ਪਹਿਲੀ ਟਿਪ ਤੁਹਾਨੂੰ ਦੇ ਦਿਆਂ ਕਿ ਇਹਨੂੰ ਨਾ ਪਹਿਲਾਂ ਇੱਦਾਂ ਕਰਕੇ ਨਾ, ਬਹੁਤ ਸਵਾਦ ਕੋਫਤੇ ਬਣਨਗੇ ਜੇ ਤੁਸੀਂ ਇਸ ਟ੍ਰਿਕ ਨਾਲ ਬਣਾਓਗੇ ਤਾਂ। ਉਂਗਲੀਆਂ ਚੱਟ ਚੱਟ ਕੇ ਖਾਣਗੇ ਅਤੇ ਮੁੜ ਕੇ ਪੁੱਛਣਗੇ ਵੀ ਇਹ ਕੋਫਤੇ ਆਏ ਕਿੱਥੋਂ ਸੀ ਅਤੇ ਸਿੱਖੇ ਕਿੱਥੋਂ ਸੀਗੇ। ਡਿੰਗਾਂ ਆਉਂਦੀਆਂ ਨੇ ਵੀ ਉਹ ਇੰਝ ਕਰੋਗੇ, ਇੰਝ ਸਾਰਿਆਂ ਨੂੰ ਆਉਂਦੇ ਬਣਾਉਣੇ। ਮੈਂ ਆਈ ਐਮ ਕਿਡਿੰਗ ਓਨਲੀ, ਸਾਰਿਆਂ ਨੂੰ ਵਧੀਆ ਬਣਾਉਣੇ ਆਉਂਦੇ ਨੇ, ਪਰ ਚਲੋ ਜੇਕਰ ਕੋਈ ਟਿਪ ਪਤਾ ਲੱਗ ਜਾਏ ਤਾਂ ਲੈ ਲੈਣਾ। ਦੋ ਤੁਰੀਆਂ ਲਸਣ ਦੀਆਂ, ਅਦਰਕ ਅਤੇ ਧਨੀਆ, ਇਹ ਮਿਰਚ, ਇਹ ਚਾਰੇ ਚੀਜ਼ਾਂ ਚੰਗੀ ਤਰ੍ਹਾਂ ਕੁੱਟ ਲੈਣੀਆਂ ਨੇ ਅਤੇ ਫਿਰ ਇਹਦੇ ਵਿੱਚ ਪਾ ਦੇਣੀ ਹੈ। ਅਸੀਂ ਇਹ ਕੁੱਟ ਕੇ ਇਹਦੇ ਵਿੱਚ ਪਾ ਲੈਣਾ ਅਤੇ ਦੇਖੋ ਜੀ ਇਹ ਜਿਹੜਾ ਬਹੁਤ ਖੁਸ਼ਬੂ ਵਾਲਾ ਬਣਨ ਵਾਲਾ, ਇਹਦੇ ਵਿੱਚ ਬਾਕੀ ਅਸੀਂ ਪਾਉਣਾ ਵੇ ਬੇਸਣ। ਘੀਆ ਤਿੰਨ ਨੇ ਅਤੇ ਇਹਦੇ ਵਿੱਚ ਦੋ ਕੜਛੀਆਂ ਜਿਹੜੀਆਂ ਬੇਸਣ ਦੀਆਂ ਪਾਵਾਂਗੇ, ਜ਼ਿਆਦਾ ਬੇਸਣ ਨਹੀਂ ਪਾਉਣਾ ਅਤੇ ਘੀਆ ਜ਼ਿਆਦਾ ਹੋਣਾ ਚਾਹੀਦਾ। ਫਿਰ ਪਾ ਦਾਂਗੇ ਇਹਦੇ ਵਿੱਚ ਨਮਕ, ਬਾਅਦ 'ਚ ਪਾਉਂਦੇ ਹਾਂ ਕਿਉਂਕਿ ਨਮਕ ਦੇ ਨਾਲ ਪਾਣੀ ਛੱਡਦਾ। ਅਤੇ ਇਹ ਪਾਇਆ ਮੈਂ ਭੁੰਨਿਆ ਹੋਇਆ ਜੀਰਾ ਅਤੇ ਜ਼ਰਾ ਕੁ ਗਰਮ ਮਸਾਲਾ, ਜ਼ਰਾ ਕੁ ਲਾਲ ਮਿਰਚ ਅਤੇ ਜ਼ਰਾ ਕੁ ਆਮਚੂਰ ਪਾਊਡਰ। ਅਤੇ ਹੁਣ ਇਹਦੀ ਮਿਕਸਿੰਗ ਕਰਕੇ ਨਮਕ ਬਾਅਦ ਵਿੱਚ ਪਾਉਂਦੇ ਹਾਂ। ਲਓ ਜੀ ਨਮਕ ਤੁਹਾਡੇ ਸਵਾਦ ਅਨੁਸਾਰ। ਦੇਖੋ ਜੀ ਇਹਦੇ 'ਚ ਪਾਣੀ ਤੁਸੀਂ ਕੱਢ ਸਕਦੇ ਹੋ, ਪਾ ਨਹੀਂ ਸਕਦੇ। ਜੇ ਤੁਸੀਂ ਇਹਦੇ 'ਚ ਪਾਣੀ ਪਾਓਗੇ ਤਾਂ ਫਿਰ ਛਰਬਲ ਛਰਬਲ ਹੋ ਜਾਏਗਾ ਅਤੇ ਕੋਫਤੇ ਨਹੀਂ ਤੁਹਾਡੇ ਪਕੌੜੇ ਬਣਨਗੇ। ਇਹ ਕੋਫਤੇ ਨੇ ਅਤੇ ਮਤਲਬ ਕੋਫਤਿਆਂ ਦਾ ਮਟੀਰੀਅਲ ਹੈ, ਹੱਥ ਨੂੰ ਪਾਣੀ ਲਾ ਕੇ ਗੋਲ 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 ਸੋਹਣੇ ਸੋਹਣੇ ਵੇਲ ਲਓ। ਕਈ ਕੀ ਪਕੌੜੇ ਬਣਾ ਛੱਡਦੇ ਨੇ, ਮੈਨੂੰ ਉਹਨਾਂ ਦਾ ਨਾ ਫਿਰ ਉਹਦੀ ਰੰਗਤ ਖੂਬਸੂਰਤੀ ਜਿਹੜੀ ਉਹ ਹੁੰਦੀ ਹੈ ਕੀ ਹੁੰਦਾ ਮਤਲਬ ਵੀ ਦਿੱਖ ਜਿਹੜੀ ਹੈ ਉਹ ਵਧੀਆ ਨਹੀਂ ਲੱਗਦੀ। ਤੇਲ ਜਿਹੜਾ ਹੈ ਉਹ ਗਰਮ ਕਰ ਲਓ ਇੱਕ ਵਾਰੀ ਅੱਛੀ ਤਰ੍ਹਾਂ ਨਾਲ, ਫਿਰ ਇਹਦੇ ਵਿੱਚ ਅਸੀਂ ਪਾ ਲਾਂਗੇ। ਵੈਸੇ ਤੁਸੀਂ ਆਪੇ ਟਰੇ ਦੇ ਵਿੱਚ ਇਹਨੂੰ ਵੈਸੇ ਵੀ ਬਣਾ ਸਕਦੇ ਹੋ ਬਿਨਾਂ ਓਇਲ ਦੇ। ਲਓ ਜੀ ਕੋਫਤੇ ਰੈਡੀ, ਹੁਣ ਤਿਆਰ ਕਰਾਂਗੇ ਇਹਦਾ ਮਸਾਲਾ। ਇੱਕ ਬੂਰ ਹੋਰ ਵੀ ਹੈ ਉਹ ਵੀ ਪਾ ਕੇ ਅਤੇ ਆਪਾਂ ਤਿਆਰ ਕਰਦੇ ਹਾਂ ਨੈਕਸਟ ਮਸਾਲਾ। ਮਸਾਲੇ ਦੇ ਵਿੱਚ ਲਸਣ, ਥੋੜ੍ਹਾ ਜਿਹਾ ਅਦਰਕ ਇੱਕ ਟੁਕੜਾ, ਇੰਨਾ ਕੁ ਅਦਰਕ ਵੀ ਪਾਵਾਂਗੇ ਅਤੇ ਪਾਵਾਂਗੇ ਪਿਆਜ਼। ਲਓ ਜੀ ਹੁਣ ਸਾਡਾ ਮਸਾਲਾ ਤਿਆਰ ਹੈ, ਲਸਣ ਅਦਰਕ ਅਤੇ ਪਿਆਜ਼ ਅਸੀਂ ਥੋੜ੍ਹਾ ਜਿਹਾ ਮਿੱਠਾ ਕਰਕੇ ਪਾ ਰਹੇ ਹਾਂ ਤਾਂ ਕਿ ਸਾਡੇ ਪਿਆਜ਼ ਸੜਨ ਲੱਗਦਾ ਪਿਆਵੇ। ਇਸ ਕਰਕੇ ਇਹਦੇ ਵਿੱਚ ਅਸੀਂ ਨਾ ਥੋੜ੍ਹਾ ਜਿਹਾ ਨਮਕ ਪਾ ਦਿਆਂਗੇ ਤਾਂ ਕਿ ਪਾਣੀ ਛੱਡ ਜਾਵੇ ਅਤੇ ਅਸੀਂ ਮਸਾਲੇ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ। ਪਾਵਾਂਗੇ ਮਿਰਚ, ਹਲਦੀ, ਗਰਮ ਮਸਾਲਾ, ਨਮਕ ਅਸੀਂ ਪਹਿਲਾਂ ਪਾ ਚੁੱਕੇ ਹਾਂ। ਹੋਰ ਇਹਦੇ ਵਿੱਚ ਕੁਛ ਗਰਮੀਆਂ ਦੇ ਵਿੱਚ ਨਾ ਜ਼ਿਆਦਾ ਨਮਕ ਜ਼ਰਾ ਘੋਰ ਪਾ ਦਿੱਤਾ, ਮੈਨੂੰ ਲੱਗਾ ਵੀ ਘੱਟ ਹੋਏਗਾ। ਅਤੇ ਗਰਮੀਆਂ 'ਚ ਨਾ ਬਹੁਤੇ ਖੜ੍ਹੇ ਮਸਾਲੇ ਨਾ ਪਾਇਆ ਕਰੋ, ਨਾ ਖਾਇਆ ਕਰੋ, ਫਿਰ ਗਰਮੀ ਵੀ ਲੱਗਦੀ ਹੈ, ਹਾਜ਼ਮਾ ਵੀ ਅੱਛਾ ਨਹੀਂ ਰਹਿੰਦਾ। ਇਸ ਕਰਕੇ ਲਾਈਟ ਸਬਜ਼ੀ ਬਣਾਵਾਂ। ਟਮਾਟਰ, ਇਹ ਅਸੀਂ ਟਮਾਟਰ ਦੀ ਪਿਊਰੀ ਬਣਾ ਕੇ ਪਾ ਦਿੱਤੀ ਹੈ, ਢੱਕਣ ਦੇ ਕੇ ਰਿੰਨ ਲੈਂਦੇ ਹਾਂ, ਬਸ ਸਬਜ਼ੀ ਹੋਣ ਵਾਲੀ ਹੈ ਤਿਆਰ। ਉਹ ਕੱਲ੍ਹ ਕੋਈ ਕਹਿ ਰਿਹਾ ਜੀ ਮਧਾਣੀ ਨਹੀਂ ਜੀ, ਮਧਣੀ ਹੈ, ਉਹ ਵੱਡੀ ਹੁੰਦੀ ਹੈ ਛੋਟੀ ਹੁੰਦੀ ਹੈ ਹੋਰ ਕੀ ਹੈ।
ਤੇ ਇਹਦੇ ਨਾਲ ਅਸੀਂ ਨਾ ਫਟਾਫਟ ਜਿਹੜੀ ਹੈ ਲੱਸੀ ਬਣਾ ਲੈਂਦੇ ਹਾਂ ਰੋਟੀ ਨਾਲ ਗਰਮੀ 'ਚ। ਜਦ ਤੱਕ ਲੱਸੀ ਨਹੀਂ ਬਣਾਈ ਤਦ ਤੱਕ ਤੁਹਾਨੂੰ ਮਜ਼ਾ ਕੀ ਆਏਗਾ। ਲਓ ਫੜੋ। ਸੋਰੀ ਅੱਜ ਮੈਂ ਮਦਰ ਡਾਟਰ ਲਾਈਵ 'ਤੇ ਨਹੀਂ ਆ ਕਿਉਂਕਿ ਨਾ ਜਿਹਨੂੰ ਨਹੀਂ ਆਈ ਅਤੇ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਿਰਫ ਵੀਡੀਓ। ਹੁਣ ਪਾਓ ਇਹਦੇ 'ਚ ਪਾਣੀ, ਪਾਣੀ ਅਕੋਰਡਿੰਗ ਟੂ ਯੂ। ਕਰੀ ਪਤਲੀ ਖਾਣੀ ਹੈ ਤਾਂ ਜ਼ਿਆਦਾ ਪਾ ਲਓ, ਜੇਕਰ ਮੈਂ ਗਰਮ ਕਰਕੇ ਪਾਇਆ ਉਬਲਦਾ ਪਿਆ, ਅਤੇ ਜੇ ਤੁਸੀਂ ਸੰਘਣੀ ਖਾਣੀ ਹੈ ਤਾਂ ਘੱਟ ਪਾ ਲਓ। ਉਬਲ ਉਬਲ ਕੇ ਝੱਲੀ ਹੋ ਗਈ ਹੈ ਅਤੇ ਅਸੀਂ ਪਾ ਦੇ ਰਹੇ ਨੇ ਕੋਫਤੇ। ਕੋਫਤੇ ਜਿਹੜੇ ਪਾ ਕੇ ਜਦੋਂ ਉਬਾਲੇ ਨਹੀਂ ਦਵਾਉਣੇ, ਕੋਫਤੇ ਪਹਿਲਾਂ ਹੀ ਬੜੇ ਸੋਫਟ ਨੇ ਅਤੇ ਇਹਨਾਂ ਨੂੰ ਇੱਕ ਵਾਰੀ ਹਿਲਾਵਾਂਗੇ ਜਰਾ ਕੁ ਸਮੂਜਾ। ਬਸ ਸਬਜ਼ੀ ਤਿਆਰ ਹੈ, ਪਾ ਦਿੰਦੇ ਹਾਂ ਵਿੱਚ ਧਨੀਆ ਵੀ। ਤੁਸੀਂ ਕਹੋਗੇ ਆਂਟੀ ਤੁਸੀਂ ਕਹਿੰਦੇ ਹੋ ਧਨੀਏ ਨਾਲ ਬੜਾ ਪਿਆਰ ਹੈ, ਸੱਚੀ ਮੁੱਚੀ ਹੈਗਾ। ਲਓ ਫੜੋ, ਸਬਜ਼ੀ ਹੋ ਗਈ ਜੇ ਤਿਆਰ।